ਹੱਥੋਂ ਨਿਕਲੀ ਵੀ ਉੱਡਦੀ ਨੂੰ ਬਾਜ ਪੈ ਗਿਆ ਦੇਬਿਆ ਉਹ ਦੇਬਿਆ ਇਹ ਬੱਗੀ ਤੇ ਤੇਰੀ ਕਮਾਦੋਂ ਨਹੀਂ ਬਰਸੀਨ ਦੇ ਖੇਤ ਚੋਂ ਨਿਕਲੀ ਹੈ ਨਾਲੇ ਬਾਜ ਤੈਨੂੰ ਹੁਣ ਪਊਗਾ ਇਹ ਚਾਲ ਇੱਕ ਗੋਰੀ ਦੀਆਂ ਝਾਂਜਰ ਉਹ ਕਿਵੇਂ ਸੋਹਣੇ ਹੋ ਕਹਿੰਦੇ ਸਾਡੇ ਵੱਲ ਵੀ ਤੱਕ ਲਿਆ ਕਰੋ ਤੁਹਾਡੀਆਂ ਝਾਂਜਰਾਂ ਹੀ ਬੁਲਾਉਂਦੀਆਂ ਇਹ ਤੁਸੀਂ ਵੀ ਯਾਦ ਕਰ ਲਿਆ ਕਰੋ ਹਾਂ ਸਿਆਪੇ ਨਹੀਂ ਮੁੱਕਦੇ ਹੈਗੇ ਆ ਗਈ ਪੁੱਤ ਪਤਾ ਨੀ ਕਿਉਂ ਨੀ ਫਾਹਾ ਵੱਢਦੇ ਸਪੰਡਰ ਮੱਝ ਦਾ ਇਹਨੇ ਦਾ ਦੁੱਧ ਨੀ ਦਿੰਦੀ ਜਿਹਨੇ ਦੇ ਪੱਠੇ ਝੁਲਸ ਜਾਂਦੀ ਹੈ ਪੁੱਤ ਬੜੀ ਦੇਰ ਕਰਤੀ ਆਹੋ ਕਹਾਂ ਉੱਥੇ ਪੱਠੇ ਵੱਢੇ ਪਏ ਸੀ ਵੀ ਜਿਹੜੇ ਚੱਕ ਹੀ ਲਿਆਉਣੇ ਸੀ ਪੁੱਤ ਜ਼ਮਾਨਾ ਬੜਾ ਖਰਾਬ ਆ ਆਪਣੀ ਪੱਤ ਆਪਣੇ ਹੱਥ ਹੁੰਦੀ ਆ ਤੂੰ ਮੇਰਾ ਨਾ ਫਿਕਰ ਕਰਿਆ ਕਰ ਕੋਈ ਨੀ ਜੰਮਿਆ ਜਿਹੜਾ ਮੇਰੇ ਵੱਲ ਅੱਖ ਚੱਕ ਕੇ ਵੀ ਦੇਖ ਲੇ ਆਹੋ ਪੁੱਤ ਮਨ ਚੰਗਾ ਹੋਵੇ ਤੇ ਕਿਹਦੀ ਮਜਾਲ ਆ ਕੋਈ ਅੱਖ ਚੱਕ ਕੇ ਵੇਖ ਜਾਏ ਪਾਤਾ ਨਾ ਮੇਰੀ ਜਾਨ ਨੂੰ ਕਜੀਆ ਤੈਨੂੰ ਕਿਹਨੇ ਕਿਹਾ ਸੀ ਪਾਲਕ ਚੀਰ ਨੂੰ ਸਾਰੀ ਭਾਂਡ ਚ ਪਾਉਣ ਦੀ ਬਜਾਏ ਥੱਲੇ ਸੁੱਟਤੀ ਪੁੰਜੇ ਡਿੱਗ ਪਈ ਕੀ ਕਰਾਂ ਦੀਦਾ ਨਹੀਂ ਨਾ ਲੈ ਚੱਕ ਦਿੰਦੀ ਆ ਜੇ ਦੀਦਾ ਨਹੀਂ ਤਾਂ ਤੈਨੂੰ ਕਿਹਨੇ ਕਿਹਾ ਸੀ ਵੀ ਪਾਲਕ ਚੀਰ ਕੇ ਰੱਖੀ ਚੱਕ ਦਿੰਦੀ ਹੈ ਸਾਰੀ ਮਿੱਟੀ ਰਲਵਾਉਣੀ ਹੈ ਵਿੱਚ ਮੈਂ ਤਾਂ ਚਾਹੁੰਦੀ ਤੇਰਾ ਕੰਮ ਹੌਲਾ ਹੋ ਜੇ ਪਰ ਵਿਗੜ ਜਾਂਦਾ ਰਹਿਣ ਦੇ ਤੂੰ ਕੀ ਕਰਾਂ ਦੀਦਾ ਨਹੀਂ ਨਾ ਰੱਬਾ ਜੈ ਖਾਣੀ ਪਤਾ ਨਹੀਂ ਕਿਹੜੇ ਜਨਮਾਂ ਦੀ ਸਜ਼ਾ ਭੁਗਤਣੀ ਪੈ ਰਹੀ ਹੈ ਜਿਹੜੇ ਆਹ ਦਿਨ ਦੇਖਣੇ ਪੈ ਗਏ ਦਿਨ ਰਾਤ ਕੱਖ ਕੰਡਾ ਕਰੋ ਚੁੱਲ੍ਹਾ ਚੌਂਕਾ ਕਰੋ ਆ ਬੁੜੀ ਨੂੰ ਮੰਜੇ ਤੇ ਬੈਠੀ ਬੈਠੀ ਨੂੰ ਰੋਟੀ ਦਿਓ ਮਜਾਲ ਵੀ ਬਿੰਦ ਝੱਟ ਆਰਾਮ ਮਿਲ ਜਾਵੇ ਮੈਂ ਤਾਂ ਕਹਿੰਦੀ ਹਾਂ ਬੇੜਾ ਬਹਿ ਜਾਵੇ ਉਸ ਵਿਚੋਲਣ ਦਾ ਜਿਹਨੇ ਮੇਰੇ ਹੱਥਾਂ ਸਾਕ ਕਰਾਇਆ ਉਦੋਂ ਤਾਂ ਜੈ ਵੱਡੀ ਕਹਿੰਦੀ ਸੀ ਕੁੜੀ ਰਾਜ ਕਰੂਗੀ ਰਾਜ ਬੁੜੀ ਦਾ ਇਕੱਲਾ ਇਕੱਲਾ ਪੁੱਤ ਹੈ ਹੁਕਮ ਚਲਾਊਗੀ ਤੁਹਾਡੀ ਧੀ ਆਹ ਦੇਖ ਲਓ ਹੁਕਮ ਚਲਾਉਂਦੀ ਨੂੰ ਪੁੱਤ ਆ ਵੇਖੀ ਖੁਜੀ ਹੱਥ ਨਾ ਦੇ ਲਈ ਟੋਕੇ ਚ ਹਾਲੇ ਮੈਨੂੰ ਦੀਂਦਾ ਮੈਂ ਤੇਰੀ ਤਰ੍ਹਾਂ ਨਹੀਂ ਹੈ ਪਾਣੀ ਦਵਾਂ ਤੈਨੂੰ ਨਹੀਂ ਮੈਂ ਠੀਕ ਹਾਂ ਤੂੰ ਸੁੱਤੀ ਨਹੀਂ ਅਜੇ ਤੱਕ ਤੂੰ ਆਪਣੀ ਖੰਘ ਬੰਦ ਕਰੇ ਤਾਂ ਹੀ ਤਾਂ ਮੈਨੂੰ ਕਿਤੇ ਜਾ ਕੇ ਨੀਂਦ ਪਵੇ ਮੈਂ ਵੇਖ ਰਹੀ ਹਾਂ ਜਦੋਂ ਦੇ ਤੂੰ ਪੱਠੇ ਲੈ ਕੇ ਆਈ ਹਾਂ ਤੱਪੀ ਪਈ ਹਾਂ ਐਵੇਂ ਆਵਾ ਤਵਾ ਬੋਲੀ ਜਾਂਦੀ ਹਾਂ ਮੈਨੂੰ ਸਹਿਣੀਆਂ ਪੈਣੀਆਂ ਪੁੱਤ ਸਹਿਣੀਆਂ ਪੈਣੀਆਂ ਬੇਬੇ ਇਹਦੇ ਵਿੱਚ ਤੇਰਾ ਕੀ ਕਸੂਰ ਹੈ ਕਸੂਰ ਤਾਂ ਉਹਦਾ ਚੰਦਰੇ ਨੂੰ ਬਥੇਰਾ ਰੋਕਿਆ ਬਈ ਫੌਜ ਵਿੱਚ ਭਰਤੀ ਨਾ ਹੋ ਬਥੇਰੀਆਂ ਮਿੰਨਤਾਂ ਕੀਤੀਆਂ ਤਰਲੇ ਪਾਏ ਪਰ ਅੜਬ ਆਪਣੀ ਜਿੱਦ ਤੋਂ ਨਾ ਟਲਿਆ ਬਸੰਤ ਕੁਰੇ ਮੈਨੂੰ ਜਾਣ ਦੇ ਸਾਰਾ ਨਫ਼ਾ ਨੁਕਸਾਨ ਸੋਚ ਕੇ ਹੀ ਮੈਂ ਫੌਜ 'ਚ ਭਰਤੀ ਹੋਣ ਦਾ ਫੈਸਲਾ ਲਿਆ 15 ਵਿਘੇ ਭੋਏ ਦੇ ਵਿੱਚੋਂ ਅਸੀਂ ਕੀ ਕਮਾ ਸਕਦੇ ਹਾਂ ਸਾਰਾ ਦਿਨ ਮਿੱਟੀ ਨਾਲ ਮਿੱਟੀ ਹੋ ਕੇ ਵੀ 2 ਵਕਤੀ ਰੋਟੀ ਤਾਂ ਸਾਨੂੰ ਜੁੜਦੀ ਨਹੀਂ ਉੱਤੋਂ 1000 ਰੁਪਈਏ ਦਾ ਕਰਜ਼ਾ ਸਿਰ 'ਤੇ ਅੱਡ ਚੜ੍ਹ ਗਿਆ ਜੇ ਇਹੀ ਹਾਲ ਰਿਹਾ ਤਾਂ ਆਉਣ ਵਾਲੇ 4-5 ਸਾਲਾਂ ਦੇ ਵਿੱਚ ਪਿਓ ਦਾਦੇ ਦੀ ਜ਼ਮੀਨ ਤੋਂ ਵੀ ਹੱਥ ਧੋ ਬੈਠਾਂਗੇ ਕਮਲੀਏ ਹਾਲੇ ਹੀ ਸਾਡਾ ਪੂਰਾ ਨਹੀਂ ਪੈਂਦਾ ਜਦੋਂ ਨਿਆਣੇ ਨਿੱਕੇ ਹੋ ਗਏ ਫਿਰ ਕਿਵੇਂ ਪੂਰਾ ਪਊ ਤੂੰ ਮਨ ਹੌਲਾ ਨਾ ਕਰ ਖੁਸ਼ੀ ਖੁਸ਼ੀ ਤੋਰ ਮੈਨੂੰ ਪੁੱਤ ਰੋਂਦੀ ਕਿਉਂ ਆ ਬੇਬੇ ਰੋਂਦੀ ਆ ਆਪਣੇ ਮਾੜੇ ਕਰਮਾਂ ਨੂੰ ਨਾ ਵਰਤੀ ਚੁੱਪ ਹੋ ਜਾ ਨਾ ਰੋ ਨਾ ਨਾ
मैं तो कहना मंगल सिंह बड़ा सियाना निकलिया जिहड़ा फौज च भर्ती हो गया सारा करजा लाता हुण करजा रह ही की गया हाथी निकल गया ते पूछ रह गई सारा करजा किहड़ी उहदी कमाई नाल लत्था सानू अपने ढग्गे वेचणे पए ओ तुसी ढग्गे की करने सी हैं बटाई ते तुसी जमीन दित्ती हुई है ਇਹ ਤਾਂ ਤੁਸੀਂ ਫਾਲਤੂ ਦਾ ਖਰਚਾ ਪਾਲ ਰੱਖਿਆ ਸੀ ਨਹੀਂ ਉਹ ਟੱਗੇ ਮੰਗਲ ਦੇ ਬਾਪੂ ਦੀ ਨਿਸ਼ਾਨੀ ਸੀ ਬਈ ਠੀਕ ਹੈ ਕਿ ਟੱਗੇ ਉਹਦੇ ਪਿਓ ਦੀ ਨਿਸ਼ਾਨੀ ਸੀ ਜੇ ਉਹ ਨਾ ਵੇਚਦਾ ਤਾਂ ਉਹ ਆਪਣੇ ਬੱਚਿਆਂ ਨੂੰ ਕਰਜ਼ਾ ਨਿਸ਼ਾਨੀ ਦੇ ਜਾਂਦਾ ਅੱਛਾ ਮੈਂ ਚੱਲਦਾ ਮੁਨੀਮ ਜੀ ਭਲਾ ਹੋਰ ਕਿੰਨਾ ਕੁ ਕਰਜ਼ਾ ਰਹਿ ਗਿਆ ਬਈ ਤੁਹਾਨੂੰ ਦੱਸਿਆ ਤਾਂ ਹੈ ਬਈ ਹਾਥੀ ਨਿਕਲ ਗਿਆ ਪੂਛ ਰਹਿ ਗਈ ਕੁੱਲ ਮਿਲਾ ਕੇ 400 ਰੁਪਏ ਰਹਿ ਗਏ ਚਲੋ ਅੱਛਾ ਅਗਲੇ ਮਹੀਨੇ ਦੀ 7 ਤਰੀਕ ਨੂੰ ਫੇਰ ਗੇੜਾ ਮਾਰੂ ਰਾਮ 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 ਗੋਰੀ ਦੀਆਂ ਝਾਂਜਰਾਂ ਬਲਾਉਂਦੀਆਂ ਗਈਆਂ ਗੋਰੀ ਦੀਆਂ ਗਲੀ ਗਲੀ ਡੰਡ ਪਾਉਂਦੀ ਉਹ ਕਿਵੇਂ ਸੋਹਣਿਓ ਅੱਜ ਤੁਹਾਡੀਆਂ ਝਾਂਜਰਾਂ ਕਿੱਥੇ ਰਹਿ ਗਈਆਂ ਹਾਂ ਜਗੀਰਦਾਰਾਂ ਦਾ ਤੇਬਾ ਤੈਨੂੰ ਕੀ ਕਹਿੰਦਾ ਸੀ ਉਹਨੇ ਮੈਨੂੰ ਕੀ ਕਹਿਣਾ ਮੈਂ ਤੈਨੂੰ ਕਦੇ ਕੁਛ ਕਿਹਾ ਉਹਨੇ ਨਾ ਮੈਨੂੰ ਕੱਲੀ ਨੂੰ ਥੋੜਾ ਟੁੱਟ ਪੈਣਾ ਹਰ ਜਣੀ ਖਣੀ ਨੂੰ ਘੂਰਦਾ ਹੈ ਦੇਖ ਦੇਖ ਉਹੀਓ ਭੰਗੂਰੇ ਮਾਰਦਾ ਜਣੀ ਖਣੀ ਨੂੰ ਨਹੀਂ ਘੂਰਦਾ ਖਾਸਮ ਖਾਸ ਨੂੰ ਘੂਰਦਾ ਨਾਲੇ ਸੰਘ ਉਹਦਾ ਖੰਗੂਰਾ ਉਹਦਾ ਆਪਾਂ ਨੇ ਕੀ ਲੈਣਾ ਤਾਂ ਮੈਨੂੰ ਤਾਂ ਇਹਨੂੰ ਦੇਖ ਕੇ ਨਾ ਤਾ ਹੀ ਚੜ ਜਾਂਦਾ ਹੈ ਮੈਨੂੰ ਚਾਹ ਚੜ ਜਾਂਦਾ ਕੀ ਕਿਹਾ ਆ ਕੁਛ ਨੀ ਕੁਛ ਨੀ ਨਾ ਤੈਨੂੰ ਇਹਦਾ ਖੰਗੂਰੇ ਮਾਰਨਾ ਚੰਗਾ ਲੱਗਦਾ ਹਾਏ ਤੂੰ ਤਾਂ ਨਾ ਜਮਾ ਹੀ ਚੱਲੀ ਹੈ ਤੈਂ ਉਹ ਖੌਤ ਨੀ ਸੁਣੀ ਹੋਈ ਵੀ ਕਿਹੜੀ ਵੀ ਕੁੱਤੇ ਭੌਂਕਦੇ ਰਹਿੰਦੇ ਨੇ ਤੇ ਰਾਹੀ ਚੱਲਦੇ ਰਹਿੰਦੇ ਨੇ ਨਾਲੇ ਆਪਾਂ ਇਹੋ ਜਿਹੇ ਮਸਟੰਡਿਆਂ ਦੀ ਪਰਵਾਹ ਕਰਨ ਲੱਗ ਪਈਏ ਨਾ ਤਾਂ ਇਹ ਤਾਂ ਆਪਣੇ ਆਪਣੇ ਟੀਚੇ ਵਿੱਚ ਕਾਮਯਾਬ ਹੋ ਜਾਣਗੇ ਤੇ ਅੱਜ ਇਹ ਘੂਰੇ ਮਾਰਦਾ ਕੱਲ ਨੂੰ ਰਾਹ ਵੀ ਰੋਕ ਸਕਦਾ ਨਾ ਇੱਕ ਗੱਲ ਦੱਸ ਹਾਂ ਖੇਤ ਤਾਂ ਤੁਸੀਂ ਵਟਾਈ 'ਚ ਦਿੱਤੇ ਨੇ ਆ ਫਿਰ ਪੱਠੇ ਕਿੱਥੋਂ ਲਿਆਉਂਦੀਆਂ ਉੱਲੂ ਦੇ ਪੱਠੇ ਤੋਂ ਕੀ ਕਿਹਾ ਹਾਂ ਕੁਛ ਨਹੀਂ ਜਿਨ੍ਹਾਂ ਨੂੰ ਅਸੀਂ ਆਪਣੇ ਖੇਤ ਵਟਾਈ 'ਚ ਦਿੱਤੇ ਹੋਏ ਨੇ ਨਾ ਅਸੀਂ ਉਹਨਾਂ ਦੇ ਨਾਲ ਕਾਰਮਿਆ ਹੋਇਆ ਵੀ ਉਹ ਸਾਡੇ ਡੰਗਰਾਂ ਵਾਲੀ ਪੱਠੇ ਆਪਣੇ ਖੇਤਾਂ 'ਚੋਂ ਦੇਣਗੇ ਲੈ ਹੁਣ ਤੇਰੇ ਘਰ ਦਾ ਰਸਤਾ ਤਾਂ ਆ ਗਿਆ ਤੂੰ ਤਾਂ ਚੱਲ ਬੋਲੀ ਹੋ ਜਾਂਦੀ ਹੈ ਪੁੱਤ ਮੈਂ ਤਾਂ ਚੁੱਪ ਬੈਠੀ ਹਾਂ ਮੈਂ ਤੇਰੀ ਗੱਲ ਨਹੀਂ ਕਰਦੀ ਬੇਬੇ ਬਚਨੀ ਦੀ ਨੂੰਹ ਦੀ ਗੱਲ ਕਰਦੀ ਹੈ ਉਹਨੇ ਤੈਨੂੰ ਕੀ ਕਹਿਤਾ ਲੈ ਉਹਨੇ ਮੈਨੂੰ ਕੀ ਕਹਿਣਾ ਸੀ ਐਵੇਂ ਹੀ ਬਸ ਜਗੀਰਦਾਰਾਂ ਦੇ ਦੇਬੇ ਦੀ ਗੱਲ ਕਰਦੀ ਸੀ ਵੀ ਜਗੀਰਦਾਰਾਂ ਦਾ ਦੇਬਾ ਐਂ ਹੈ ਜਗੀਰਦਾਰ ਦਾ ਦੇਬਾ ਊਂ ਹੈ ਭਲਾ ਬੇਬੇ ਉਹ ਜਿਹੋ ਜਿਹਾ ਵੀ ਮਰਜ਼ੀ ਹੋਵੇ ਆਪਾਂ ਨੇ ਤਾਂ ਕੀ ਲੈਣਾ ਉਹ ਤੈਨੂੰ ਕਿੱਥੇ ਮਿਲ ਗਿਆ ਉਹਨੇ ਮੈਨੂੰ ਕਿੱਥੇ ਮਿਲਣਾ ਸੀ ਬਸ ਐਵੇਂ ਭੌਂਕੀ ਜਾਂਦੀ ਸੀ ਚੱਲ ਛੱਡ ਉਹਨੂੰ ਤੂੰ ਮੈਨੂੰ ਕੁੱਟ ਚਾਹ ਬਣਾ ਦੇ ਬਣਾ ਕੇ ਦਿੰਦੀ ਹਾਂ ਤੈਨੂੰ ਚਾਹ ਟਾ ਪਹਿਲਾਂ ਘੜੀ ਸਾਹ ਤਾਂ ਲੈ ਲਵਾਂ ਚੱਲ ਪੁੱਤ ਪਹਿਲਾਂ ਸਾਹ ਲੈ ਲਾ ਫਿਰ ਬਣਾ ਦੀ ਪਹਿਲਾਂ ਤੈਨੂੰ ਚਾਹ ਹੀ ਬਣਾ ਕੇ ਦਿੰਦੀ ਹਾਂ ਫਿਰ ਲੈ ਲੂੰਗੀ ਸਾਹ ਐਵੇਂ ਖਿਜੀ ਰਹਿੰਦੀ ਆ ਕੀ ਗੱਲ ਤਾਈ ਤੂੰ ਪਿਛਲੇ ਮਹੀਨੇ ਦੀ ਨਹਾਤੀ ਨਹੀਂ ਹਾਲੇ ਨਾ ਨਹਾਈ ਤਾਂ ਟੁੱਟ ਪੈਣੇ ਆ ਆ ਪਿਛਲੇ ਮਹੀਨੇ ਦੀ ਸਿਆਹੀ ਤੇਰੇ ਗੁੱਠੇ ਤੇ ਲੱਗੀ ਹੈ ਨਾ ਕਿਉਂ ਬੁੱਢੀ ਅੰਨੀ ਨੂੰ ਮਜ਼ਾਕ ਕਰਦਾ ਜੇ ਲੱਗੀ ਹੈ ਤਾਂ ਫਿਰ ਤੋਂ ਲਾਈ ਕਿਉਂ ਆ ਉਹ ਤਾਈ ਤੂੰ ਤਾਂ ਗੁੱਸਾ ਕਰ ਗਈ ਉਹ ਮੈਂ ਤਾਂ ਤੈਨੂੰ ਮਜ਼ਾਕ ਕੀਤਾ ਸੀ ਆ ਲੈ ਗਿਣ ਪੈਸੇ ਪੂਰੇ 150 ਹੈ ਆ ਲੈ ਲੈ ਪੁੱਤ ਮੈਨੂੰ ਕਿਹੜਾ ਪਤਾ ਲੱਗਦਾ ਕਿ ਕਿਹੜਾ ਨੋਟ ਕਿੰਨੇ ਦਾ ਆ ਬਸੰਤ ਕੌਰੇ ਆ ਪੁੱਤ ਬਾਹਰ ਆ ਆ ਲਾ ਧੀਏ ਆ ਪੈਸੇ ਗਿਣ ਲਾ ਤੇ ਰੱਖ ਲਾ ਸਾਂਭ ਲਾ ਭਾਬੀ ਕਦੋਂ ਆ ਰਿਹਾ ਮੰਗਲ ਸਿੰਘ ਕੀ ਪਤਾ ਭਰਾਵਾ ਮੇਰੀ ਕਿਸਮਤ ਦੇ ਵਿੱਚ ਤਾਂ ਗਿਣਨਾ ਹੀ ਗਿਣਨਾ ਲਿਖਿਆ ਹੋਇਆ ਕਦੇ ਕਰਜ਼ਾ ਤਾਰਨ ਵਾਸਤੇ ਨੋਟ ਗਿਣਨੇ ਕਦੇ ਅੜੀਕਾਂ ਵਿੱਚ ਦਿਨ ਗਿਣਨੇ ਚੰਗਾ ਤਾਈ ਮੈਂ ਚੱਲਦਾ ਸਤਿ ਸ਼੍ਰੀ ਅਕਾਲ ਚੰਗਾ ਪੁੱਤ ਸਤਿ ਸ਼੍ਰੀ ਅਕਾਲ ਤੂੰ ਰੱਖ ਲਾ ਪੂਰੇ 150 ਨਾ ਪੁੱਤ ਤੂੰ ਸਾਂਭ ਨਾਲੇ ਇੰਜ ਕਰੀ ਕਿ ਐਤਕੀ ਨਾ ਦੋ ਸੂਟ ਸਵਾ ਲਈ ਇੱਕ ਥੋੜ੍ਹਾ ਜਿਹਾ ਮੋਟਾ ਸਵਾ ਲਈ ਇੱਕ ਥੋੜ੍ਹਾ ਜਿਹਾ ਪਤਲਾ ਸਵਾ ਲਈ ਬੇਬੇ
तेनू भी तो लोड़ है कपड़िया दी। ले मैं की करना, मैं तो घरे बैठी रहनी हूं, बाहर अंदर तो तू जाना हुंदा पुत। मैं सोचा सी कि घरद्या ने मेरा नाम बसंत कौर गलत रखिया, क्योंकि मेरी जिंदगी विच तां पतझड़ ही पतझड़ है, पर आ सूट पा के तां मैनू इंज लगा कि मेरी जिंदगी विच बसंत रुत्त आ गई है। हुण जदों मैं आ सूट पा के बाहर जाऊंगी ना, तां गुरदेव सिंह दे मूहों खंगूरा नहीं सगों मैनू देख के हौंकार निकलूगा। गोरी दियां झांजरां बुलाउंदियां गईयां। ਕਿਵੇਂ ਬਸੰਤ ਕੁਰੇ, ਮੰਗਲ ਸਿੰਘ ਤਾਂ ਨਹੀਂ ਆ ਗਿਆ? ਨਹੀਂ ਸਰਦਾਰ ਜੀ। ਤਾਂ ਫਿਰ ਕੱਲ ਆਉਣਾ ਹੋ? ਪਤਾ ਨਹੀਂ, ਕੋਈ ਚਿੱਠੀ ਪੱਤਰ ਤਾਂ ਆਇਆ ਨਹੀਂ ਇਸ ਬਾਬਤ। ਅੱਛਾ, ਫਿਰ ਬਈ ਆ ਕਿਵੇਂ? ਮੈਨੂੰ ਦੇਰ ਹੋ ਰਹੀ ਹੈ। ਚੱਲ ਵੇ ਗੁਰਦੇਵ ਸਿਆ, ਅੱਜ ਤਾਂ ਝਾਂਜਰਾਂ ਆਪ ਲੱਗ ਗਈਆਂ। ले मैं चुकवा दें? नहीं, माफी चक लूंगी। डिगण तो बाद भी तो मेरे चुकवाएंगी। मेरा हाथ छड़। बसंत कुले, मैं कह रहा मेरा हाथ छड़, जे किसी ने देख लिया तो मेरा तो मरन हो जाऊ। तुम्हें तो डरती क्यों है? तेरे नहीं डरती, चमाने तो डरती हूँ। बसंत कुले, मैं तो तेरी जिंदगी का भर बनाने भी तैयार है। तू रहन दे, मैं आपे चक लूंगी। ਸ਼ੀਸ਼ੇ 'ਚ ਤਾਰ ਨੂੰ ਟਾਈਮ ਲੱਗੂ, ਪਰ ਉੱਤਰ ਜ਼ਰੂਰ ਜਾਓ। ਅੱਖੀ ਨਾਲ ਫਰਕ ਤਾਂ ਹੈ ਪਰ ਮਾੜਾ ਮਾੜਾ। ਪੁੱਤ, ਬੜੀ ਚਾਈ ਚਾਈ ਫਿਰਦੀ ਆ, ਕਾਹਦੀ ਖੁਸ਼ੀ ਮਿਲ ਗਈ ਅੱਜ ਤੈਨੂੰ? ਲਓ, ਜਦੋਂ ਰੋਨੀ ਆ ਤਾਂ ਪੁੱਛਦੀ ਆ ਰੋਂਦੀ ਕਿਉਂ ਐ, ਜਦੋਂ ਮੈਂ ਹੱਸਦੀ ਆ ਤਾਂ ਹੱਸਣ ਵੀ ਨਹੀਂ ਦਿੰਦੀ। ਲੈ ਪਾਣੀ ਪੀ ਲੈ ਬੇਬੇ ਤੂੰ। ਪੁੱਤ, ਮੈਂ ਤਾਂ ਚਾਹੁੰਦੀ ਆ ਕਿ ਤੂੰ ਹਮੇਸ਼ਾ ਹੀ ਖੁਸ਼ ਰਵੇਂ, ਪਰ ਪਰ ਕੀ ਬੇਬੇ? ਪਰ ਪੁੱਤ, ਕਿਸੇ ਦੇ ਝਾਸੇ 'ਚ ਨਾ ਆ ਜਾਈ, ਘਰ ਨੂੰ ਲਾਜ ਨਾ ਲਾ ਦੀ। ਆਪਣੇ ਪਿੰਡ ਦਾ ਰਵੱਈਆ ਤਾਂ ਤੂੰ ਜਾਣਦੀ ਆ ਨਾ, ਚੰਗਾ ਨਹੀਂ। ਨਾਲੇ ਆ ਜਗੀਰਦਾਰਾਂ ਦਾ ਮੁੰਡਾ, ਉਹ ਕਿਸੇ ਦਾ ਮਿੱਤ ਨਹੀਂ, ਬਚ ਕੇ ਰਹੀ ਉਹਦੇ ਕੋਲੋਂ। ਬੇਬੇ, ਮੈਂ ਖੰਡ ਜਾਂ ਮਿਸ਼ਰੀ ਦੀ ਡਲੀ ਨਹੀਂ ਹੈ ਜਿਹੜਾ ਉਹ ਮੂੰਹ 'ਚ ਪਾ ਲੂਗਾ। ਚੰਗਾ ਪੁੱਤ, ਜਿਵੇਂ ਤੇਰੀ ਮਰਜ਼ੀ, ਮੈਨੂੰ ਕਿਹੜਾ ਦਿਸਦਾ ਕੁਛ। ਕੀ ਹੋ ਗਿਆ ਪੁੱਤ? ਕੁਛ ਨਹੀਂ ਬੇਬੇ, ਬੜਾ ਮਾੜਾ ਸੁਪਨਾ ਆਇਆ ਸੀ। ਮੈਨੂੰ ਵੀ ਸੁਪਨਾ ਆਇਆ, ਵਾਹਿਗੁਰੂ ਕਰੇ ਮੇਰਾ ਸੁਪਨਾ ਸੱਚਾ ਹੋ ਜਾਏ, ਵਾਹਿਗੁਰੂ ਕਰੇ ਮੇਰਾ ਸੁਪਨਾ ਝੂਠਾ ਹੋ ਜਾਏ। ਬੇਬੇ, ਤੈਨੂੰ ਕੀ ਸੁਪਨਾ ਆਇਆ ਸੀ? ਮੈਂ ਸੁਪਨੇ 'ਚ ਵੇਖਿਆ ਕਿ ਆਪਣਾ ਮੰਗਲ ਛੁੱਟੀ ਆ ਗਿਆ। ਪੁੱਤ, ਤੈਨੂੰ ਕੀ ਸੁਪਨਾ ਆਇਆ? ਕੁਛ ਨਹੀਂ ਬੇਬੇ, ਕੁਛ ਨਹੀਂ, ਤੂੰ ਸੌਂ ਜਾ। ਚੰਗਾ, ਵਾਹਿਗੁਰੂ। ਤਾਈ ਪੈਰੀ ਪਹਿਨਾ ਹੈ? ਮਹੀਨੇ 'ਚ ਦੋ ਵਾਰੀ ਨਾ ਫੌਜ 'ਚ ਤਨਖਾਹ, ਹੁਣ ਦੋ ਵਾਰੀ ਮਿਲਣ ਲੱਗ ਪਈ। ਉਹ ਤਾਈ, ਤੂੰ ਤਾਂ ਬੜੀ ਮਤਲਬੀ ਹੈ, ਹੈਂ? ਉਹ ਮੈਂ ਤਾਂ ਤੈਨੂੰ ਖੁਸ਼ਖਬਰੀ ਦੇਣ ਆਇਆ ਸੀ, ਤੂੰ ਮੇਰੇ ਹਰ ਗੇੜੇ 'ਚ ਹੀ ਪੈਸੇ ਭਾਲਦੀ ਹੈ। ਖੁਸ਼ਖਬਰੀ? ਹਾਂ, ਆ ਲੈ ਮੰਗਲ ਸਿੰਘ ਦੀ ਤਾਰ ਆਈ ਹੈ, ਉਹ ਪਰਸੋਂ ਆ ਰਿਹਾ। ਪਰਸੋਂ ਮੰਗਲ ਆ ਰਿਹਾ?
पर जे ओनू मेरे बारे माड़ी जी भी भिणक पै गई तां मैनू हुण गुरदेव बारे सोचना नहीं चाहीदा। अजे तक जो कुछ भी होया चंगा नहीं होया, हुण तां उहने रोज खेतां दा गेड़ा भी बन्न लिया, मैनू धमकाउण दी भी कोशिश करदा है। मैनू उहदा घूरना हुण माड़ा नहीं लगता, सगों उहनू तड़फा के मैनू चंगा लगता है। पर हुण मैनू लगता है मैं सुपने तो हकीकत वल वध रही हाँ। इसका मतलब मैं इन्ने सालों तो जो घालना घालती रही वह सब कुछ झूठ सी, छलावा सी? नहीं नहीं, वह छलावा नहीं सी, यह छलावा निरा छलावा। अज तो बाद मैं उहदे वल झाकांगी भी नहीं। ਕਿਵੇਂ ਅੱਜ ਟਾਈਮ ਤੋਂ ਪਹਿਲਾਂ ਕਿਵੇਂ? ਕਿਉਂ ਤੇਰਾ ਡਰ ਮਾਰਿਆ ਮੈਨੂੰ? ਹੈ ਅੱਜ ਤਾਂ ਬੜੇ ਚਰਿੱਤਰ ਦਿਖਾ ਰਹੀ ਹੈ। ਕਿਹੜੇ ਚਰਿੱਤਰ? ਆਖਰ ਤੇਰੇ ਦਿਲ 'ਚ ਕੀ ਹੈ ਮੈਨੂੰ ਦੱਸ ਤਾਂ ਸਹੀ। ਹੱਥ ਨਾ ਲਾਈ ਮੈਨੂੰ, ਤੈਨੂੰ ਦੱਸਦਿਆਂ ਪਰਸੋਂ ਨੂੰ ਮੰਗਲ ਆ ਰਿਹਾ, ਹੁਣ ਤੂੰ ਸਾਡੇ ਖੇਤਾਂ ਵੱਲ ਮੂੰਹ ਵੀ ਨਾ ਕਰੀ, ਸਮਝ ਗਿਆ ਨਾ? ਵੱਡਾ ਆਇਆ ਇਹ ਜਨਾਨੀਆਂ ਜੇ ਕੋਰ ਕਰ ਲਈ। ਨੀ ਅੱਜ ਮੇਰੇ ਫੌਜੀ ਨੇ ਆਉਣਾ, ਨੀ ਅੱਜ ਮੇਰੇ ਫੌਜੀ ਨੇ ਆਉਣਾ। ਡਿੱਗਣ ਲੱਗੀ ਸੀ ਪਰ ਡਿੱਗੀ ਨਹੀਂ। ਮੰਗਲ ਤੈਨੂੰ ਹਮੇਸ਼ਾ ਡਿੱਗਣ ਤੋਂ ਬਚਾ ਲੇਗਾ। ਮੰਗਲ ਦੀ ਆਵਾਜ਼ ਲੱਗਦੀ ਹੈ। ਬੇਬੇ ਦੀ ਕੁਛ ਤਾਂ ਸ਼ਰਮ ਕਰੋ। ਬੇਬੇ ਨੂੰ ਕਿਹੜਾ ਦਿਖਦਾ? ਨਾ ਸੁਣਦਾ ਤੇ ਹੈ ਨਾ। ਮੱਥਾ ਟੇਕਦਾ ਬੇਬੇ। ਇੰਨੀ ਅੜਬ ਜਨਾਨੀ ਮੈਂ ਜ਼ਿੰਦਗੀ ਭਰ ਨਹੀਂ ਵੇਖੀ। ਨੱਕ ਤੇ ਮੱਖੀ ਨਹੀਂ ਬਹਿਣ ਦਿੰਦੀ। ਅੱਜ ਆਖਰੀ ਮੌਕਾ ਹੈ। ਹਾਂ ਆਖਰੀ ਮੌਕਾ, ਬਸ ਇੱਕ ਵਾਰੀ ਇਹ ਕਬੂਤਰੀ ਜਾਲ 'ਚ ਫਸ ਜਾਏ ਫਿਰ ਕੰਮ ਮਾਰ ਕੇ ਵਿਖਾਵੇ। ਸਤਿ ਸ਼੍ਰੀ ਅਕਾਲ ਗੁਰਦੇਵ ਸਿੰਘ। ਸਤਿ ਸ਼੍ਰੀ ਅਕਾਲ ਬਾਈ। ਔਰ ਮੰਗਲ ਸਿੰਘ ਤੂੰ ਕਦੋਂ ਆਇਆ ਬਈ? ਅੱਜ ਹੀ ਆਇਆ। ਤੁਸੀਂ ਇੱਧਰ ਕਿਵੇਂ? ਮੈਂ ਤਾਂ ਬਸ ਉਵੇਂ ਫਿਰਦਾ ਤੁਰਦਾ ਇੱਧਰ ਆ ਗਿਆ। ਬਈ ਮੰਗਲ ਸਿੰਘ ਅੱਗੇ ਪੱਠੇ ਪੁੱਠੇ ਕੌਣ ਲੱਗ ਜਾਂਦਾ? ਉਹ ਬਸੰਤ ਕੌਰ ਹੀ ਲੈ ਜਾਂਦੀ ਸੀ। ਹਾਂ ਹਾਂ ਦੇਖੀ ਤਾਂ ਹੈ ਇੱਕ ਦੋ ਵਾਰੀ, ਪਰ ਪੱਠਿਆਂ ਵਾਸਤੇ ਭਈਆ ਰੱਖ ਲੈਣਾ ਸੀ ਕੋਈ। ਜੇ ਸਾਡੀ ਐਡੀ ਪਹੁੰਚ ਹੁੰਦੀ ਤਾਂ ਫੌਜ ਧੱਕੇ ਖਾਣ ਜਾਣਾ ਸੀ ਸਰਦਾਰ ਗੁਰਦੇਵ ਸਿੰਘ। ਨਾਲੇ ਬਸੰਤ ਕੌਰ ਦਾ ਕੀ ਘੱਸ ਗਿਆ ਪੱਠੇ ਲਿਜਾਣ ਨਾਲ? ਚੰਗਾ ਜੀ ਮੰਗਲ ਸਿੰਘ, ਮੈਂ ਚੱਲਦਾ ਹਾਂ। ਅੱਛਾ ਜੀ। ਕੀ ਗੱਲ, ਜਿਹੜੇ ਚੂੜੀਆਂ ਕਾਂਟੇ ਮੈਂ ਤੇਰੇ ਲਈ ਲਿਆਇਆ ਸੀ ਪਾਏ ਨੀ ਤੂੰ? ਫੁੱਕਣੇ ਨੇ ਮੈਂ ਚੂੜੀਆਂ ਤੇ ਕਾਂਟੇ? ਕਮਾਲ ਆ, ਇੰਨੇ ਨਖਰੇ! ਮੈਂ ਇੰਨੀ ਦੂਰੋਂ ਤੇਰੇ ਵਾਸਤੇ ਇੰਨੇ ਪਿਆਰ ਨਾਲ ਲੈ ਕੇ ਆਇਆ ਤੇ ਤੂੰ? ਦੂਰੋਂ ਤੂੰ ਮੇਰੇ ਲਈ ਚੀਜ਼ਾਂ ਨਾ ਲੈ ਕੇ ਆਇਆ ਕਰ, ਆਪ ਦੂਰੋਂ ਨੇੜੇ ਆ ਜਾ। ਚੱਲੀਏ, ਦੂਰ ਹੋ ਕੇ ਵੀ ਮੈਂ ਤੇਰੇ ਨੇੜੇ ਹੀ ਹਾਂ, ਤੂੰ ਬਸ ਅੱਖਾਂ ਬੰਦ ਕਰ ਲਿਆ ਕਰ ਤੇ ਮੈਨੂੰ ਵੇਖ ਲਿਆ ਕਰ। ਜੇ ਮੈਂ ਅੱਖਾਂ ਬੰਦ ਕਰ ਲਈਆਂ ਫਿਰ ਮੈਂ ਤੈਨੂੰ ਦੇਖੂੰਗੀ ਕਿਵੇਂ? ਜੇ ਤੂੰ ਅੱਖਾਂ ਬੰਦ ਕਰੇਂਗੀ ਨਾ ਤਾਂ ਮੈਂ ਤੈਨੂੰ ਤੇਰੇ ਦਿਲ ਵਿੱਚ ਨਜ਼ਰ ਆਵਾਂਗਾ। ਨਾ ਤੈਨੂੰ ਇਹ ਸਾਰੀਆਂ ਗੱਲਾਂ ਫੌਜ ਵਿੱਚ ਸਿਖਾਉਂਦੇ ਨੇ? ਫੌਜ ਵਿੱਚ ਗੱਲਾਂ ਨਹੀਂ ਚੱਲਦੀਆਂ, ਗੋਲੀਆਂ ਚੱਲਦੀਆਂ ਨੇ, ਗੋਲੀਆਂ। ਹਾਏ ਹਾਏ, ਜਦ ਤੂੰ ਫੌਜ ਦਾ ਨਾਂ ਲੈਣਾ ਨਾ ਤਾਂ ਮੇਰੇ ਕਾਲਜ ਵਿੱਚ ਗੋਲਾ ਵੱਜਦਾ। ਮੂਰਖ ਨਾ ਹੋਵੇ ਤਾਂ ਭਲੀਏ ਲੋਕੇ, ਆਪਾਂ ਫੌਜ ਦਾ ਲੂਣ ਖਾ ਰਹੇ ਹਾਂ। ਫੌਜ ਦੀ ਨੌਕਰੀ ਨਹੀਂ ਤਾਂ ਆਪਾਂ ਨੂੰ ਸਿਰ ਚੁੱਕ ਕੇ ਇੱਜ਼ਤ ਨਾਲ ਜੀਣਾ ਸਿਖਾਇਆ। ਤੈਨੂੰ ਤਾਂ ਪਤਾ ਹੀ ਹੈ ਇਸ ਤੋਂ ਪਹਿਲਾਂ ਮੈਂ ਕਰਜ਼ੇ ਹੇਠਾਂ ਦੱਬਿਆ ਹੋਇਆ ਸੀ। ਤੂੰ ਅੱਜ ਤੋਂ ਬਾਅਦ ਫੌਜ ਨੂੰ ਨਿੰਦੀ ਨਾ, ਠੀਕ ਹੈ? ਠੀਕ ਹੈ ਸਾਹਿਬ। ਉਲਟੇ ਹੱਥ ਨਾਲ ਹੀ ਚੱਲੂਗਾ ਤੇਰਾ ਸਲੂਟ ਰੰਗਰੂਟ। ਬਸੰਤ ਕੁਰੇ, ਮੈਂ ਸਵੇਰੇ ਚੱਲਿਆ ਜਾਣਾ। ਹੁਣ ਮੈਨੂੰ ਵੀ ਛੇਤੀ ਬੁਲਾ ਲਈ ਛੋਣੀ।
ਫਿਰ ਪਿੱਛੋਂ ਮਾਂ ਦੀ ਸੇਵਾ ਸੰਭਾਲ ਕੌਣ ਕਰੂ? ਮੇਰਾ ਨਹੀਂ ਹੁਣ ਇੱਥੇ ਤੇਰੇ ਤੋਂ ਬਗੈਰ ਦਿਲ ਲੱਗਦਾ, ਨਾਲੇ ਮੇਰੇ ਨਾਲੋਂ ਤੈਨੂੰ ਹੋਰ ਚੰਗੀ ਹੋ ਗਈ। ਬਸੰਤ ਕੁਰੇ, ਮੈਨੂੰ ਤੇਰੇ ਨਾਲ ਚੰਗਾ ਕੁਝ ਵੀ ਨਹੀਂ, ਪਰ ਚੱਲੀਏ, ਕੰਮ ਤਾਂ ਬੰਦੇ ਦਾ ਭਾਗ ਹੁੰਦਾ, ਇਸੇ ਨਾਲ ਤਾਂ ਬੰਦੇ ਦੀ ਪੁੱਛ ਪ੍ਰਤੀਤ ਹੈ, ਆਦਰ ਮਾਣ। ਵਿਹਲੜ ਬੰਦੇ ਤੋਂ ਤਾਂ ਸਾਰੇ ਭੱਜੇ ਫਿਰਦੇ ਨੇ। ਨਾਲੇ ਭਾਗਵਾਨੇ, ਜੇ ਸਾਡੇ ਘਰੇ ਚਾਰ ਪੈਸੇ ਆਉਂਦੇ ਨੇ ਤਾਂ ਤੂੰ ਹਿੱਕ ਤਾਣ ਕੇ ਲੋਕਾਂ 'ਚ ਤੁਰੀ ਫਿਰਦੀ ਹੈ। ਤੈਨੂੰ ਤਾਂ ਪਤਾ ਹੀ ਹੈ, ਗਰੀਬ ਆਦਮੀ ਦੀ ਘਰਵਾਲੀ ਸਾਰਿਆਂ ਦੀ ਭਾਬੀ। ਜਿੱਥੇ ਤੂੰ ਇੰਨੇ ਸਾਲ ਕੱਢ ਲਏ ਉੱਥੇ 2-4 ਸਾਲ ਹੋਰ ਸੀ, ਫਿਰ ਮੈਂ ਫੌਜ 'ਚੋਂ ਪੱਕੀ ਪੈਨਸ਼ਨ ਲੈ ਲੂੰ, ਠੀਕ ਹੈ ਨਾ? ਐ ਨਹੀਂ, ਹੱਸ ਕੇ ਦਿਖਾ। ਅੱਛਾ ਮਾਂ, ਪੈਰੀ ਪੈਂਦਾ। ਜਿਉਂਦਾ ਰਹਿ ਪੁੱਤ, ਪੁੱਤ ਮੈਨੂੰ ਇਹ ਦੱਸ ਕਿ ਹੁਣ ਫੌਜ 'ਚ ਹੋਰ ਕਿੰਨਾ ਚਿਰ ਰਹਿਣਾ? ਮਾਂ, ਮੇਰੀ ਪੈਨਸ਼ਨ ਲੱਗ ਜਾਏ ਫਿਰ ਮੈਂ ਘਰ ਆ ਜਾਵਾਂਗਾ। ਪਰ ਮੈਂ ਤਾਂ ਸੁਣਿਆ ਕਿ ਪੈਨਸ਼ਨ ਵੱਡੇ ਹੋਏ ਲੱਗਦੀ ਹੈ, ਫਿਰ ਇਸ ਘਰ ਦਾ ਕੀ ਬਣੂ? ਮੇਰਾ ਕੀ ਆ, ਜਿਵੇਂ ਨਦੀ ਕਿਨਾਰੇ ਰੁਕੜਾ। ਤੂੰ ਐਂ ਕਰ, ਬਸੰਤ ਨੂੰ ਨਾਲ ਹੀ ਲੈ ਜਾ। ਮਾਂ, ਜਿੰਨੇ ਚਿਰ ਤੂੰ ਬੈਠੀ ਹੈ ਮੈਨੂੰ ਕੋਈ ਫਿਕਰ ਨਹੀਂ, ਨਾ ਘਰ ਦਾ ਨਾ ਬਸੰਤ ਕੌਰ ਦਾ। ਨਾ ਪੁੱਤ, ਤੂੰ ਘਰ ਵਾਪਸ ਆ ਜਾ। ਸੁਖਨਾ, ਹੁਣ ਤਾਂ ਸਾਰਾ ਕਰਜ਼ਾ ਲੱਥ ਗਿਆ, ਬਸ 400 ਬਚੇ ਨੇ, ਉਹ ਵੀ ਮੱਝ ਵੇਚ ਕੇ ਪੂਰਾ ਕਰ ਦਾਂਗੇ। ਤੇ ਫਿਰ ਮੈਂ ਕੀ ਕਰੂੰਗਾ ਮਾਂ? ਤੂੰ ਖੇਤੀ ਕਰੇਂਗਾ, ਹੋਰ ਕੀ ਕਰੇਂਗਾ? ਮਾਂ, ਖੇਤੀ ਦਾ ਕੋਈ ਵਿਸਾ ਹੈ? ਜੇ 2 ਸਾਲ ਲੱਗ ਗਏ ਤਾਂ ਕਰਜ਼ਾ ਭਾਵੇਂ ਸਾਰਾ ਉਤਰ ਜਾਵੇ, ਤੇ ਜੇ ਨਾ ਲੱਗੀ ਤਾਂ ਕਰਜ਼ਾ ਸਵਾਇਆ ਹੋਰ ਚੜ੍ਹ ਜਾਊਗਾ, ਫਿਰ ਆਪਾਂ ਕੀ ਕਰਾਂਗੇ? ਮਾਂ, ਹੁਣ ਤਾਂ ਚੜ੍ਹਦੇ ਮਹੀਨੇ 200 ਰੁਪਈਆ ਪੱਕਾ ਮਿਲ ਹੀ ਜਾਂਦਾ, ਭਾਵੇਂ ਮੀਂਹ ਜਾਵੇ ਭਾਵੇਂ ਹਨੇਰੀ ਜਾਵੇ।